ਦੋਸਤੋ ਪੰਜਾਬ ਜੋਬ ਰਿਲੇਟਡ ਜੇਕਰ ਸਭ ਤੋਂ ਪਹਿਲਾਂ ਤੁਸੀਂ ਇਨਫੋਰਮੇਸ਼ਨ ਆਪਣੇ ਮੋਬਾਈਲ ਉੱਪਰ ਪਾਉਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਅਤੇ ਦੋਸਤੋ ਕਿ ਦੋਸਤੋ ਗੱਲ ਕਰਾਂਗੇ ਸੈਨਾ ਭਰਤੀ ਦਫ਼ਤਰ ਪਟਿਆਲਾ ਵਿੱਚ ਆਈ ਜੋਬ ਵੈਕੈਂਸੀਆਂ ਦੀ। ਦੋਸਤੋ ਜਿਹੜੀ ਪੋਸਟਾਂ ਨੇ ਉਹ ਸਪਾਈ ਜਨਰਲ ਡਿਊਟੀ ਦੀ ਹੈ, ਸਪਾਈ ਤਕਨੀਕੀ ਡਿਪਾਰਟਮੈਂਟ ਦੀ ਹੈ ਅਤੇ ਨਰਸਿੰਗ ਸਹਾਇਕ ਦੀਆਂ ਨੇ ਅਤੇ ਸਪਾਈ ਕਲਰਕ ਅਤੇ ਸਟੋਰ ਕੀਪਰ ਦੀਆਂ ਜੋ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਹਨ। ਅਤੇ ਬਾਕੀ ਹੋਰ ਨੋਟੀਫਿਕੇਸ਼ਨ ਤੁਹਾਨੂੰ ਕਲੀਅਰ ਕਰ ਦਿੰਦਾ ਮੈਂ। ਜਿਹੜੀ ਸਪਾਈ ਦੀ ਏਜ ਹੋਣੀ ਚਾਹੀਦੀ ਉਹ 18 ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਹਾਈਟ 170 ਸੈਂਟੀਮੀਟਰ ਅਤੇ ਵੇਟ 50 ਕਿਲੋ ਗ੍ਰਾਮ ਹੋਣਾ ਚਾਹੀਦਾ ਅਤੇ 10th ਪਾਸ ਕੈਂਡੀਡੇਟ ਹੋਣਾ ਚਾਹੀਦਾ। ਬਾਕੀ ਸਾਰਿਆਂ ਵਿੱਚ ਸੇਮ ਸੇਮ ਨੇ, ਤੁਸੀਂ ਇੱਥੇ ਰੀਡ ਕਰ ਸਕਦੇ ਹੋ। ਬਾਕੀ ਇਸਦਾ ਓਫਿਸ਼ਲ ਨੋਟੀਫਿਕੇਸ਼ਨ ਹੈ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਊ, ਉੱਥੋਂ ਕਲਿੱਕ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਰੀਡ ਕਰਕੇ ਇਸ ਨੂੰ ਫਿਲ ਜ਼ਰੂਰ ਕਰ ਦਿਓ। ਅਤੇ ਅੱਗੇ ਗੱਲ ਕਰੀਏ ਤਾਂ ਦੋਸਤੋ ਇਸਦਾ ਜੋ ਫਿਜ਼ੀਕਲ ਫਿਟਨੈਸ ਟੈਸਟ ਦੀ ਗੱਲ ਕਰੀਏ ਤਾਂ ਦੋਸਤੋ ਜੋ ਟੈਸਟ ਹੋਊਗਾ ਇਸਦਾ ਉਹ 1.6 ਕਿਲੋਮੀਟਰ 5.5 ਮਿੰਟਾਂ ਵਿੱਚ ਆਪਾਂ ਨੂੰ ਕਲੀਅਰ ਕਰਨੀ ਪਵੇਗੀ ਰੇਸ, ਅਤੇ ਜਿਸ ਦੇ 60 ਤੋਂ 48 ਨੰਬਰ ਆਪਾਂ ਨੂੰ ਲੱਗਣਗੇ। ਇਸ ਤੋਂ ਬਾਅਦ ਬੀਮ ਪੁਲਅਪਸ ਨੇ ਅਤੇ 9 ਫੁੱਟ ਦੀ ਜਿਹੜੀ ਡਿਟਚ ਹੁੰਦੀ ਹੈ ਅਤੇ ਜਿਗ ਜਗ ਬੈਲੈਂਸ ਬਣਾਉਣਾ ਹੁੰਦਾ ਹੈ ਅਤੇ ਇਹ ਕੁਆਲੀਫਾਈ ਕਰਨੇ ਜ਼ਰੂਰੀ ਨੇ, ਬਟ ਇਸਦੇ ਮਾਰਕਸ ਨਹੀਂ ਲੱਗਦੇ। ਓਕੇ ਦੋਸਤੋ, ਜੇ ਤੁਸੀਂ ਇਹ ਅਪਲਾਈ ਕਰਨਾ ਚਾਹੁੰਦੇ ਹੋ ਫੋਨ ਉੱਪਰ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਵੀਡੀਓ ਜਿਹੜੀ ਅਪਲਾਈ ਕਰਦੇ ਹੋਏ ਮੋਬਾਈਲ 'ਤੇ ਕਿਵੇਂ ਅਪਲਾਈ ਕਰਨਾ ਇਹ ਤੁਹਾਨੂੰ ਸਿਖਾ ਦਿਆਂਗਾ। ਅਤੇ ਵੀਡੀਓ ਨੂੰ ਲਾਈਕ ਕਰ ਲਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਜੇ ਨੋਟੀਫਿਕੇਸ਼ਨ ਦੇਖਣਾ ਉਹ ਵੀਡੀਓ ਦਾ ਡਿਸਕ੍ਰਿਪਸ਼ਨ ਵਿੱਚ ਪਿਆ ਅਤੇ ਇਸਦਾ ਓਫਿਸ਼ਲ ਨੋਟੀਫਿਕੇਸ਼ਨ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰੀ ਰੀਡ ਜ਼ਰੂਰ ਕਰ ਲਿਓ।